ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇੱਕ ਖਬਰ ਤੁਹਾਨੂੰ ਦੱਸਦೇನೆ ਆ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਸ਼ੇਰ ਸਿੰਘ ਔਰ ਫਰ ਸ਼ੈਰੀ ਕਲਸੀ ਤੇ ਕਾਂਗਰਸ ਦੇ ਵਿਧਾਇਕ ਸੁਪਾਲ ਸਿੰਘ ਖਹਿਰਾ 12ਵੇਂ ਦੇ ਇਮਤਿਹਾਨ ਨੂੰ ਲੈ ਕੇ ਆਮੋ ਸਾਹਮਣੇ ਆ ਗਏ ਨੇ ਸ਼ੁੱਕਰਵਾਰ ਨੂੰ ਦਰਸਲ ਸੁਪਾਲ ਖਹਿਰਾ ਬਾਬਾ ਬਕਾਲਾ ਦੇ ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਪਹੁੰਚੇ ਲਾਈਵ ਹੋ ਕੇ ਦਾਵਾ ਕੀਤਾ ਕਿ ਸੈਂਟਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੈਰੀ ਕਲਸੀ ਤੇ ਉਹਨਾਂ ਦੀ ਪਤਨੀ ਰਾਜਵੀਰ ਕੌਰ ਦੀ ਥਾਂ ਉਹਨਾਂ ਦੇ ਪੇਪਰ ਕੋਈ ਹੋਰ ਦੇ ਰਿਹਾ ਹੈ ਸੈਂਟਰ ਦੀ ਰੋਲ ਨੰਬਰ ਦੀ ਉਹ ਲਿਸਟ ਵੀ ਜਾਰੀ ਕੀਤੀ ਜਿਸ ਵਿੱਚ ਵਿਧਾਇਕ ਕਲਸੀ ਤੇ ਉਹਨਾਂ ਦੀ ਪਤਨੀ ਦਾ ਨਾਮ ਵੀ ਸੀ ਯਾਨੀ ਕਿ ਦੋਵਾਂ ਨੇ 12ਵੇਂ ਦੇ ਪੇਪਰ ਦੇਣੇ ਸਨ ਖੈਰਾ ਨੇ ਚੰਡੀਗੜ੍ਹ ਸਿੱਖਿਆ ਵਿਭਾਗ ਨੂੰ ਸ਼ਿਕਾਇਤ ਕੀਤੀ ਮੌਕੇ ਤੇ ਫਲਾਈਂਗ ਵੀ ਪਹੁੰਚੀ ਸੈਂਟਰ ਦੇ ਵਿੱਚ ਸ਼ੈਰੀ ਕਲਸੀ ਦੀ ਪਤਨੀ ਪੇਪਰ ਦੇ ਰਹੀ ਸੀ ਪਰ ਸ਼ੈਰੀ ਕਲਸੀ ਮੌਜੂਦ ਨਹੀਂ ਸਨ ਫਲਾਈਂਗ ਟੀਮ ਵੀ ਸਾਰਾ ਕੁਝ ਚੈੱਕ ਕਰਕੇ ਚਲੀ ਗਈ ਪੇਪਰ ਤੋਂ ਬਾਅਦ ਵਿਧਾਇਕ ਕਲਸੀ ਦੀ ਪਤਨੀ ਰਾਜਵੀਰ ਕੌਰ ਨੇ ਬਾਹਰ ਆ ਕੇ ਇਲਜ਼ਾਮ ਲਾਇਆ ਕਿ ਉਹਨਾਂ ਦੇ ਖਿਲਾਫ ਝੂਠੇ ਦੋਸ਼ ਲਾਏ ਗਏ ਨੇ ਤੇ ਪੇਪਰ ਦੌਰਾਨ ਪਰੇਸ਼ਾਨ ਕੀਤਾ ਗਿਆ ਜਦ ਕਿ ਉਹ ਖੁਦ ਪੇਪਰ ਦੇਣ ਪਹੁੰਚੀ ਹੋਈ ਸੀ ਇਸ ਤੋਂ ਬਾਅਦ ਖੈਰਾ ਦੇ ਇਲਜ਼ਾਮਾਂ ਦਾ ਜਵਾਬ ਦੇਣ ਦੇ ਲਈ ਵਿਧਾਇਕ ਸ਼ੈਰੀ ਕਲਸੀ ਲਾਈਵ ਹੋਏ ਤੇ ਦਾਵਾ ਕੀਤਾ ਕਿ ਉਹ 12ਵੀਂ ਪਾਸ ਹਨ ਕੈਰਬੇ ਵਜਾ ਝੂਠੇ ਇਲਜ਼ਾਮ ਲਾ ਰਹੇ ਨੇ ਉਹਨਾਂ ਦਾਵਾ ਕੀਤਾ ਹੈ ਕਿ ਹੋ ਸਕਦਾ ਹੈ ਜਦੋਂ ਉਹਨਾਂ ਦੀ ਪਤਨੀ ਨੇ 12ਵੀਂ ਦੇ ਪੇਪਰ ਲਈ ਫਾਰਮ ਭਰਿਆ ਹੋਵੇ ਤਾਂ ਗਲਤੀ ਦੇ ਨਾਲ ਉਹਨਾਂ ਦਾ ਫਾਰਮ ਵੀ ਭਰ ਦਿੱਤਾ ਹੋਵੇ ਕਲਸੀ ਦੇ ਇਸ ਦਾਅਵੇ ਤੇ ਫੇਰ ਖੈਰਾ ਨੇ ਸਵਾਲ ਚੁੱਕੇ ਯਾਨੀ ਕਿ ਮਸਲਾ ਇਹ ਹੈ ਕਿ ਖੈਰਾ ਨੇ ਕਿਹਾ ਕਿ ਕਲਸੀ ਤੇ ਉਹਨਾਂ ਦੀ ਪਤਨੀ 12ਵੀਂ ਪਾਸ ਨਹੀਂ ਹਨ ਅਤੇ ਦੋਵੇਂ 12ਵੀਂ ਦੇ ਪੇਪਰ ਦੇਣ ਆਏ ਸਨ ਪਰ ਕਲਸੀ ਦੀ ਥਾਂ ਕੋਈ ਹੋਰ ਬੰਦਾ ਪੇਪਰ ਦੇਣ ਲਈ ਪਹੁੰਚਿਆ ਸੀ ਜਦਕਿ ਵਿਧਾਇਕ ਆਪ ਵਿਧਾਇਕ ਨੇ ਕਿਹਾ ਕਿ ਉਹ ਤਾਂ 12ਵੀਂ ਪਾਸ ਹੈ ਤੇ ਖੈਰਾ ਦੇ ਸਾਰੇ ਇਲਜ਼ਾਮਾਂ ਤੋਂ ਬਾਅਦ ਵਿਧਾਇਕ ਸ਼ੈਰੀ ਕਲਸੀ ਨੇ ਆਪਣੇ ਫੇਸਬੁੱਕ ਤੇ ਜਿਹੜਾ ਇੱਕ ਫੋਟੋ ਵੀ ਸਾਂਝੀ ਕੀਤੀ ਹੈ ਉੱਤਰ ਕਾਪੀ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਦਾਵਾ ਕੀਤਾ ਹੈ ਕਿ ਮੈਂ 12ਵੀਂ ਪਾਸ ਆ ਤੇ ਮੇਰੀ ਇਹ 12ਵੀਂ ਦੀ ਉੱਤਰ ਕਾਪੀ ਹੈ ਤੇ ਮੈਂ ਪਾਸ ਹੋਇਆ ਹਾਂ ਸੁਖਪਾਲ ਖਹਿਰਾ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਕਲਸੀ ਦੇ ਕਲਸੀ ਨੇ ਬਿਆਨ ਦੇ ਕੇ ਆਪਣੇ ਦੋ ਝੂਠਾਪੀ ਕਬੂਲ ਲਏ ਨੇ ਪਹਿਲਾ ਤਾਂ ਕਲਸੀ ਨੇ ਕਿਹਾ ਕਿ ਉਹ 12ਵੀਂ ਪਾਸ ਹੈ ਜਦਕਿ ਚੋਣ ਕਮਿਸ਼ਨ ਨੂੰ ਜਿਹੜਾ ਹਲਫਨਾਮਾ ਦਿੱਤਾ ਉਹਦੇ ਵਿੱਚ ਉਹਨਾਂ ਨੇ 10ਵੀਂ ਪਾਸ ਲਿਖਿਆ ਕਹਿੰਦੇ ਦੂਸਰਾ ਉਹਨਾਂ ਨੇ ਕਿਹਾ ਕਿ ਗਲਤੀ ਨਾਲ ਲਿਸਟ ਵਿੱਚ ਉਹਨਾਂ ਦਾ ਨਾਮ ਆ ਗਿਆ ਹੋਣਾ ਜਦਕਿ ਖਹਿਰਾ ਨੇ ਕਲਸੀ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਜਾਰੀ ਰੋਲ ਨੰਬਰ ਲਿਸਟ ਦੀ ਕਾਪੀ ਵੀ ਅੱਖਰ ਵੀ ਹੋਏ ਨੇ ਖੈਰਾ ਨੇ ਪੁੱਛਿਆ ਕਿ ਹੁਣ ਇਸ ਤੇ ਸ਼ੈਰੀ ਕਲਸੀ ਕੀ ਕਹਿਣਗੇ ਕਹਿੰਦੇ ਸਾਰੀ ਧੋਖੇਬਾਜ਼ੀ ਸਿੱਖਿਆ ਮੰਤਰੀ ਦੀ ਸ਼ੈਤੋ ਬਿਨਾ ਨਹੀਂ ਹੋ ਸਕਦੀ ਯਾਨੀ ਕਿ ਖੈਰਾ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਵੀ ਇਲਜ਼ਾਮ ਲਾਇਆ ਖੈਰਾ ਨੇ ਦਾਵਾ ਕੀਤਾ ਕਿ ਚੋਣ ਕਮਿਸ਼ਨ ਦੇ ਹਲਫਨਾਮੇ ਦੇ ਵਿੱਚ ਸ਼ੈਰੀ ਕਲਸੀ ਨੇ ਆਪਣੇ ਆਪ ਨੂੰ ਫਿਜ਼ਿਓਥੈਰੇਪਿਸਟ ਵੀ ਦੱਸਿਆ ਕਹਿੰਦੇ ਮੈਂ ਚੈਲੰਜ ਕਰਦਾ ਕਿ ਸ਼ੈਰੀ ਆਪਣੀ ਫਿਜ਼ਿਓਥੈਰੇਪਿਸਟ ਦੀ ਡਿਗਰੀ ਜਨਤਕ ਕਰਨ ਕਿ 10ਵੀਂ ਪਾਸ ਕਰਨ ਤੋਂ ਬਾਅਦ ਉਹਨਾਂ ਨੇ ਫਿਜ਼ਿਓਥੈਰੇਪਿਸਟ ਦੀ ਡਿਗਰੀ ਕਿਵੇਂ ਹਾਸਲ ਕਰ ਲਈ ਤੇ ਨਾਲ ਹੀ ਉਹਨਾਂ ਨੇ ਕੇਜਰੀਵਾਲ ਨੂੰ ਵੀ ਲਾਨਤ ਪਾਈ ਖੈਰਾ ਨੇ ਕਿ ਤੁਹਾਨੂੰ ਅਜਿਹੇ ਲੋਕਾਂ ਨੂੰ ਪ੍ਰਮੋਟ ਕਰਨ ਦੇ ਲਈ ਸ਼ਰਮ ਆਉਣੀ ਚਾਹੀਦੀ ਹੈ ਤੇ ਸੁਖਪਾਲ ਖੈਰਾ ਨੇ ਸੋਸ਼ਲ ਮੀਡੀਆ ਤੇ ਉਸ ਸ਼ਖਸ ਦੀ ਫੋਟੋ ਵੀ ਜਨਤਕ ਕੀਤੀ ਜਿਹਦੇ ਬਾਰੇ ਕਿਹਾ ਗਿਆ ਕਿ ਉਹ ਸ਼ੈਰੀ ਕਲਸੀ ਦੀ ਥਾਂ ਤੇ ਪੇਪਰ ਦੇ ਰਿਹਾ ਸੀ ਸੁਖਪਾਲ ਖੈਰਾ ਨੇ ਅਧਿਆਪਕ ਹਰਪ੍ਰੀਤ ਮਾਨ ਦੀ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਨਾਲ ਫੋਟੋ ਵੀ ਨਸ਼ਰ ਕੀਤੀ ਤੇ ਪੁੱਛਿਆ ਕਿ ਕੀ ਇਹੀ ਤੁਹਾਡਾ ਦਿੱਲੀ ਦਾ ਸਿੱਖਿਆ ਮਾਡਲ ਹੈ ਇਹ ਸਾਰੇ ਜਿਹੜੇ ਦਾਅਵੇ ਦਸਤਾਵੇਜ਼ਾਂ ਦੇ ذریعے ਸੁਖਪਾਲ ਖੈਰਾ ਨੇ ਕੀਤੇ ਨੇ ਹਾਲਾਂਕਿ ਅਸੀਂ ਇਹਨਾਂ ਦੀ ਪੁਸ਼ਟੀ ਨਹੀਂ ਕਰਦੇ ਪਰ ਦਸਤਾਵੇਜ਼ ਨੇ ਜਿਹੜੇ ਉਹ ਮੂੰਹੋਂ ਬੋਲਦੇ ਨੇ ਪਰ ਵਿਧਾਇਕ ਸੈਰੀ ਕਲਸੀ ਇਹਨਾਂ ਸਾਰੇ ਦਾਅਵਿਆਂ ਨੂੰ ਸੁਖਪਾਲ ਖੈਰਾ ਦੇ ਦਾਅਵਿਆਂ ਨੂੰ ਨਕਾਰਦੇ ਹਨ ਪੰਜਾਬ ਦੇ ਕੈਬਨਿਟ ਮੰਤਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਖਿਲਾਫ ਜਿੱਥੇ ਲਗਾਤਾਰ ਇਲਜ਼ਾਮ ਕੁਛ ਨਾ ਕੁਛ ਲੱਗਦੇ ਰਹਿੰਦੇ ਨੇ ਸੁਪਾਲ ਖੈਰਾ ਨੇ ਹੁਣ ਤਾਜ਼ਾ ਮਸਲੇ ਦੇ ਵਿੱਚ ਉਹਨਾਂ ਨੂੰ ਘੜੀਸਿਆ ਹੈ ਉੱਤੇ ਹੀ ਹਰਜੋਤ ਸਿੰਘ ਬੈਂਸ ਦੇ ਲਈ ਵਧਾਈਆਂ ਵਾਲਾ ਦਿਨ ਆਇਆ ਹੈ 25 ਮਾਰਚ ਨੂੰ ਉਹ ਵਿਆਹ ਦੇ ਬੰਧਨ ਦੇ ਵਿੱਚ ਬੱਜ ਗਏ ਨੇ ਮਾਨਸਾ ਵਿਖੇ ਤਾਇਨਾਤ ਆਈਪੀਐਸ ਅਧਿਕਾਰੀ ਐਸਪੀ ਜੋਤੀ ਯਾਦਵ ਦੇ ਨਾਲ ਉਹਨਾਂ ਦਾ ਆਨੰਦ ਕਾਰਜ ਹੋਇਆ ਹੈ ਨੰਗਲ ਦੇ ਗੁਰਦੁਆਰਾ ਵਿਪੋਰ ਸਾਹਿਬ ਵਿਖੇ ਆਨੰਦਕਾਰਜ ਹੋਏ ਨੇ ਤੇ ਵਿਆਹ ਦਾ ਜਿਹੜਾ ਸਮਾਗਮ ਐਨ ਐਫ ਐਲ ਸਟੇਡੀਅਮ ਵਿਖੇ ਹੋਇਆ ਤਸਵੀਰਾਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਨੇ